ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਤੋਂ ਸਿਨੇਮਾ ਘਰਾਂ ਦੇ ਵਿੱਚ ਧੂਮ ਮਚਾ ਰਹੀ ਹੈ ਕਿਉਂਕਿ 27 ਜੂਨ ਨੂੰ ਇਹ ਦੋਨਾਂ ਦੀ ਜੋੜੀ ਸਿਨੇਮਾ ਘਰਾਂ ਦੇ ਵਿੱਚ ਸੁਪਰ ਹਿੱਟ ਹੋਈ ਹੈ 27 ਜੂਨ ਨੂੰ ਜੱਟ ਐਂਡ ਜੂਲੀਅਟ 3 ਫਿਲਮ ਜਿਹੜੀ ਹੈ ਉਹ ਲੱਗੀ ਸੀਗੀ ਔਰ ਇੱਕ ਹਫ਼ਤਾ ਇਸ ਫਿਲਮ ਨੇ ਆਪਣਾ ਪੂਰਾ ਕਰ ਲਿਆ ਹੈ ਔਰ ਜੇਕਰ ਬਾਕਸ ਆਫਿਸ ਰਿਕਾਰਡ ਦੀ ਗੱਲ ਕਰੀਏ ਤਾਂ 60 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਇਸ ਫਿਲਮ ਨੇ ਹਾਲੇ ਤੱਕ ਕਰ ਲਈ ਹੈ ਰਿਵਿਊਜ਼ ਦੀ ਗੱਲ ਕਰ ਲੈਂਦੇ ਹਾਂ ਇਸ ਫਿਲਮ ਨੂੰ ਪੂਰੇ ਦੇਸ਼ 'ਚੋਂ ਹੀ ਰਿਵਿਊਜ਼ ਮਿਲ ਰਹੇ ਨੇ ਔਰ ਇੰਨੇ ਜ਼ਿਆਦਾ ਪੋਜ਼ਿਟਿਵ ਰਿਵਿਊਜ਼ ਜਿਹੜੇ ਨੇ ਕਿਉਂਕਿ ਜੇ ਜੱਟ ਐਂਡ ਜੂਲੀਅਟ 1 ਤੇ 2 ਦੀ ਗੱਲ ਕਰੀਏ ਤਾਂ ਉਹ ਫਿਲਮ ਦੀਆਂ ਜਿਹੜੀਆਂ ਸਟੋਰੀਜ਼ ਸੀਗੀਆਂ ਉਹ ਵੀ ਬਾਖੂਬੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤੀਆਂ ਗਈਆਂ ਸੀਗੀਆਂ ਔਰ ਬੇਸਬਰੀ ਦੇ ਨਾਲ ਜੱਟ ਐਂਡ ਜੂਲੀਅਟ 3 ਦਾ ਇੰਤਜ਼ਾਰ ਦਰਸ਼ਕਾਂ ਨੂੰ ਸੀਗਾ ਕਿ ਇੱਕ ਵਾਰ ਫਿਰ ਤੋਂ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਇਕੱਠਿਆਂ ਨੂੰ ਵੇਖਣ ਨੂੰ ਮਿਲੇਗੀ ਕਿਉਂਕਿ ਇਹ 6ਵੀਂ ਅਜਿਹੀ ਫਿਲਮ ਹੈ ਜਿਸ ਦੇ ਵਿੱਚ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਇਕੱਠੇ ਨਜ਼ਰ ਆਏ ਨੇ ਔਰ ਜਦ ਵੀ ਜਿਸ ਫਿਲਮ ਦੇ ਵਿੱਚ ਵੀ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਹੁੰਦੀ ਹੈ ਤੇ ਜ਼ਾਹਿਰ ਜਿਹੀ ਗੱਲ ਹੈ ਉਸ ਫਿਲਮ ਦੇ ਵਿੱਚ ਕਾਮੇਡੀ ਤਾਂ ਹੋਏਗੀ ਹੋਏਗੀ ਔਰ ਮੈਸੇਜਸ ਵੀ ਜ਼ਰੂਰ ਹੁੰਦੇ ਨੇ ਫਿਲਮ ਦੇ ਵਿੱਚ ਤੇ ਜੇਕਰ ਤੁਸੀਂ ਹਾਲੇ ਤੱਕ ਇਹ ਫਿਲਮ ਨਹੀਂ ਵੇਖੀ ਹੈ ਤੇ ਸਭ ਤੋਂ ਪਹਿਲਾਂ ਤੇ ਜਾ ਕੇ ਮੈਂ ਇਹੀ ਕਹੂੰਗੀ ਕਿ ਆਪਣੇ ਪਰਿਵਾਰ ਦੇ ਨਾਲ ਜਾ ਕੇ ਇਹ ਫਿਲਮ ਦੇਖੋ ਕਿਉਂਕਿ ਇੱਕ ਪਰਿਵਾਰਕ ਫਿਲਮ ਹੈ ਇੱਕ ਅੱਛਾ ਕਨਸੈਪਟ ਇਸ ਫਿਲਮ ਦਾ ਬਣਾਇਆ ਗਿਆ ਹੈ ਔਰ ਜੇਕਰ ਤੁਸੀਂ ਜੱਟ ਐਂਡ ਜੂਲੀਅਟ 1 ਤੇ 2 ਦੇਖੀ ਹੈ ਤਾਂ ਫਿਰ ਆਬਵੀਅਸਲੀ ਗੱਲ ਹੈ ਕਿ ਬਣਦਾ ਕਿ ਜੱਟ ਐਂਡ ਜੂਲੀਅਟ 3 ਵੀ ਵੇਖੀ ਜਾਏ ਔਰ ਸਟੋਰੀ ਦੀ ਗੱਲ ਕਰੀਏ ਤਾਂ ਬਾਖੂਬੀ ਇਸ ਫਿਲਮ ਦੇ ਵਿੱਚ ਤੁਹਾਨੂੰ ਹਾਸਾ ਵੀ ਵੇਖਣ ਨੂੰ ਮਿਲੇਗਾ ਇਮੋਸ਼ਨਸ ਵੀ ਵੇਖਣ ਨੂੰ ਮਿਲਣਗੇ ਜਿਹੋ ਜਿਹਾ ਕਨਸੈਪਟ ਅਸੀਂ 1 ਤੇ 2 ਦੇ ਵਿੱਚ ਵੇਖਿਆ ਸੀਗਾ ਉਹੋ ਜਿਹਾ ਇਸ ਫਿਲਮ ਦੇ ਵਿੱਚ ਵੀ ਸਭ ਕੁਝ ਵੇਖਣ ਨੂੰ ਮਿਲ ਰਿਹਾ ਹੈ ਔਰ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੋਂ ਵੀ ਬਹੁਤ ਪੋਜ਼ਿਟਿਵ ਰਿਵਿਊਜ਼ ਇਸ ਫਿਲਮ ਨੂੰ ਲੈ ਕੇ ਦੇਖਣ ਨੂੰ ਮਿਲ ਰਹੇ ਨੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜੱਟ ਐਂਡ ਜੂਲੀਅਟ 3 ਮੂਵੀ ਨੂੰ ਲੈ ਕੇ ਔਰ ਜੋ ਇਸ ਦਾ ਬਾਕਸ ਆਫਿਸ ਰਿਕਾਰਡ ਇੱਕ ਹਫ਼ਤੇ ਦੇ ਵਿੱਚ ਹੋਇਆ ਹੈ ਕਿ 60 ਕਰੋੜ ਤੋਂ ਵੀ ਜ਼ਿਆਦਾ ਇਸ ਫਿਲਮ ਨੇ ਕਮਾਈ ਕਰ ਲਈ ਹੈ ਸੋ ਜਿਨ੍ਹਾਂ ਨੇ ਇਹ ਫਿਲਮ ਦੇਖ ਲਈ ਹੈ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ ਜੇਕਰ ਹਾਲੇ ਤੱਕ ਜਾ ਕੇ ਤੁਸੀਂ ਇਹ ਫਿਲਮ ਨਹੀਂ ਵੇਖੀ ਹੈ ਤੇ ਸਭ ਤੋਂ ਪਹਿਲਾਂ ਜਾ ਕੇ ਟਿਕਟਸ ਬੁੱਕ ਕਰਾਓ ਔਰ ਇਹ ਫਿਲਮ ਦੇਖੋ ਤੇ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।